देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। ਇਹ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਜਲੰਧਰ ਦੇ ਸਾਈਂਦਾਸ ਸਕੂਲ ਦੀਆਂ ਨੇ ਜਿੱਥੇ ਕੁਝ ਲੋਕਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਕਿਸੇ ਹੋਰ ਮਹਿਲਾ ਨਾਲ ਨਜਾਇਜ਼ ਸਬੰਧ ਹੋਣ ਦੇ ਆਰੋਪ ਲਗਾਏ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਰਿਵਾਰ ਵੱਲੋਂ ਪ੍ਰਿੰਸੀਪਲ ਤੇ ਮਹਿਲਾ 'ਚ ਨਜਾਇਜ਼ ਸਬੰਧ ਹੋਣ ਦੀ ਗੱਲ ਆਖੀ ਗਈ ਹੈ ਜਿਨ੍ਹਾਂ ਨੂੰ ਪਰਿਵਾਰ ਵਾਲਿਆਂ ਨੇ ਸਾਈਂਦਾਸ ਸਕੂਲ 'ਚ ਦੇਰ ਰਾਤ ਇਕੱਠੇ ਫੜਿਆ। ਅੱਜ ਜਲੰਧਰ ਦੇ ਸਾਈਂਦਾਸ ਸਕੂਲ ਦੇ ਵਿੱਚ ਕਰੀਬ 8:30 ਵਜੇ ਇੱਕ ਵੱਡਾ ਹੰਗਾਮਾ ਹੋ ਗਿਆ ਜਦੋਂ ਕੁਝ ਲੋਕ ਸਕੂਲ ਦੇ ਗੇਟ ਦੇ ਮੂਹਰੇ ਆ ਕੇ ਹੰਗਾਮਾ ਕਰਨ ਲੱਗੇ ਕਿ ਇਸ ਨੂੰ ਖੋਲ੍ਹਿਆ ਜਾਵੇ। ਜਦੋਂ ਪ੍ਰਸ਼ਾਸਨ ਆਇਆ ਤਾਂ ਪ੍ਰਸ਼ਾਸਨ ਦਾ ਇਹ ਕਹਿਣਾ ਸੀਗਾ, ਪੁਲਿਸ ਮੁਲਾਜ਼ਮਾਂ ਦਾ ਇਹ ਕਹਿਣਾ ਸੀਗਾ ਕਿ ਤੁਸੀਂ ਹੰਗਾਮਾ ਕਰਨਾ ਬੰਦ ਕਰ ਦਿਓ ਕਿਉਂਕਿ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਕੇਸ ਦੇ ਵਿੱਚ ਤੁਹਾਡੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਜਦੋਂ ਹੰਗਾਮਾ ਦੁਬਾਰਾ ਤੇਜ਼ ਕੀਤਾ ਗਿਆ, ਪ੍ਰਸ਼ਾਸਨ ਨੇ ਗੇਟ ਖੋਲ੍ਹਿਆ ਅਤੇ ਅੰਦਰ ਪ੍ਰਿੰਸੀਪਲ ਆਫਿਸ ਖੁੱਲ੍ਹਾ ਹੋਇਆ ਸੀਗਾ, ਜਿਸ ਤੋਂ ਬਾਅਦ ਕਿ ਸਾਈਂਦਾਸ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਸੰਗੀਨ ਆਰੋਪ ਲੱਗੇ ਨੇ ਕਿ ਉਹ ਹੋਰ ਟੀਚਰਸ ਨੂੰ ਇੱਥੇ ਬਹਿਲਾ ਫੁਸਲਾ ਕੇ ਬੁਲਾਉਂਦਾ ਹੈ ਅਤੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ ਜਾਂ ਫਿਰ ਉਹਨਾਂ ਨੂੰ ਬਲੈਕਮੇਲ ਕਰਦਾ ਹੈ। ਤੁਹਾਨੂੰ ਹਾਲਾਤ ਦਿਖਾ ਦਿੰਦੇ ਹਾਂ ਕਿ ਇੱਥੇ ਗਮਲਾ ਵੀ ਟੁੱਟਾ ਪਿਆ, ਜਿਸ ਤੋਂ ਬਾਅਦ ਕਿ ਇੱਥੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਹੈ, ਧੱਕਾ ਮੁੱਕੀ ਵੀ ਹੋਈ ਹੈ। ਪਰ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ। ਸਿਰਫ ਇਹੀ ਨਹੀਂ, ਪ੍ਰਿੰਸੀਪਲ ਆਫਿਸ ਦੀ ਜਿਹੜੀ ਐਂਟਰੈਂਸ ਹੈ ਉਸਦੇ ਗੇਟ ਦਾ, ਉਸਦੇ ਡੋਰ ਦਾ ਸ਼ੀਸ਼ਾ ਵੀ ਤਿੜਕ ਚੁੱਕਾ ਹੈ। ਇੱਥੇ ਮਾਰਿਆ ਗਿਆ, ਪੰਨਿਆ ਗਿਆ ਇਸ ਨੂੰ, ਲਾਈਟਾਂ ਚੱਲਦੀਆਂ ਦੇਖ, ਪੱਖਾ ਚੱਲਦਾ ਦੇਖ। ਜਿਹੜੇ ਪਰਿਜਨ ਇੱਥੇ ਆਏ ਸੀਗੇ ਉਹਨਾਂ ਨੂੰ ਕਨਫਰਮੇਸ਼ਨ ਹੋ ਗਈ। ਅਸਲ ਗੱਲ ਇਹ ਸੀਗੀ ਕਿ ਜਿਹੜੀ ਟੀਚਰ ਇੱਥੇ ਅੱਜ ਨਰੇਸ਼ ਸ਼ਰਮਾ ਦੇ ਨਾਲ, ਪ੍ਰਿੰਸੀਪਲ ਨਰੇਸ਼ ਸ਼ਰਮਾ ਦੇ ਨਾਲ ਫੜੀ ਗਈ, ਉਹ ਆਪੱਤੀਜਨਕ ਹਾਲਾਤ ਦੇ ਵਿੱਚ ਸੀਗੇ, ਜਿਸ ਤੋਂ ਬਾਅਦ ਕਿ ਜਿਹੜੇ ਪਰਿਜਨ ਸੀਗੇ ਉਹ ਕਾਫੀ ਦੇਰ ਤੋਂ ਇਹਨਾਂ ਦੀ ਪਿੱਛਾ ਕਰ ਰਹੇ ਸੀਗੇ ਕਿ ਕੁਛ ਨਾ ਕੁਛ ਗੜਬੜ ਚੱਲ ਰਹੀ ਹੈ ਉਹਨਾਂ ਦੀ ਫੈਮਿਲੀ ਦੇ ਵਿੱਚ। ਫੈਮਿਲੀ ਤੋਂ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਜਦੋਂ ਇੱਥੇ ਪਹੁੰਚੇ, ਉਹਨਾਂ ਨੂੰ ਕਨਫਰਮੇਸ਼ਨ ਮਿਲੀ ਅੰਦਰ ਆਉਣ ਤੋਂ ਬਾਅਦ ਕਿ ਪੱਖੇ ਚੱਲ ਰਹੇ ਆ, ਲਾਈਟਸ ਚੱਲ ਰਹੀਆਂ ਨੇ, ਕੋਈ ਨਾ ਕੋਈ ਆਫਿਸ ਦੇ ਵਿੱਚ ਹੈ। ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਮਨ੍ਹਾ ਕੀਤਾ ਗਿਆ ਕਿ ਕਦੀ ਵੀ ਜਿਹੜਾ ਆਫਿਸ ਹੈ, ਕੋਈ ਵੀ ਆਫਿਸ ਹੈ, ਉੱਥੇ ਲਾਈਟਸ ਪੱਖੇ ਚੱਲਦੇ ਰਹਿ ਜਾ ਸਕਦੇ ਆ। ਪਰ ਜਦੋਂ ਤੋੜ ਭੰਨ ਕਰਕੇ, ਧੱਕਾ ਮੁੱਕੀ ਕਰਕੇ ਇਸ ਆਫਿਸ ਨੂੰ ਖੁਲਵਾਇਆ ਗਿਆ ਅਤੇ ਅੰਦਰੋਂ ਪ੍ਰਿੰਸੀਪਲ ਅਤੇ ਨਾਲ ਉਹ ਟੀਚਰ ਨੂੰ ਵੀ ਬਾਹਰ ਪਾਇਆ ਗਿਆ। ਕਹਿਣ ਵਾਲੀ ਗੱਲ ਇਹ ਹੈ ਕਿ ਪਰਿਜਨਾਂ ਵੱਲੋਂ ਇਹ ਵੀ ਗੱਲ, ਆਰੋਪ ਵੀ ਲਗਾਏ ਗਏ ਹੈ ਕਿ ਇਹ ਜਿਹੜਾ ਪ੍ਰਿੰਸੀਪਲ ਹੈ ਇਹ ਹੋਰ ਟੀਚਰਸ ਨੂੰ ਵੀ ਬਲੈਕਮੇਲ ਕਰਦਾ ਹੈ ਇਸੇ ਤਰੀਕੇ ਦੇ ਨਾਲ, ਜਾਂ ਬਹਿਲਾਉਂਦਾ ਫੁਸਲਾਉਂਦਾ ਹੈ, ਜੋਬ ਦੀ ਓਪਰਚੁਨਿਟੀਜ਼ ਦੇ ਕੇ ਜਾਂ ਜੋਬ ਦੇ ਆਫਰਸ ਦੇ ਕੇ, ਝੂਠੇ ਆਫਰਸ ਦੇ ਕੇ ਉਹਨਾਂ ਨੂੰ ਇੱਥੇ ਬੁਲਾਉਂਦਾ ਹੈ ਅਤੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ। ਅਤੇ ਇਸੇ ਤਰੀਕੇ ਦੇ ਨਾਲ ਕਾਫੀ ਸਾਰੀ ਲੇਡੀਜ਼ ਟੀਚਰਸ ਜਿੰਨੀਆਂ ਨੇ ਉਹ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੀਆਂ ਨੇ, ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਘਰ ਖਰਾਬ ਹੋ ਰਹੇ ਸੀਗੇ। ਅਤੇ ਪਰਿਜਨਾਂ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ। ਇਸ ਗੱਲ ਦੀ ਭਨਕ ਸੀਗੀ ਔਰ ਉਹਨਾਂ ਨੇ ਅੱਜ ਸਾਨੂੰ ਜਿੱਦਾਂ ਹੀ ਉਹਨਾਂ ਨੇ ਦੇਖਿਆ ਤੇ ਸਾਨੂੰ ਇਹ ਸੂਚਨਾ ਦਿੱਤੀ। ਮੌਕੇ ਤੇ ਕਿੰਨੇ ਵਜੇ ਤੁਸੀਂ ਪਹੁੰਚੇ ਸੀ? ਅਸੀਂ ਭਾਜੀ 6:30 ਵਜੇ ਮੌਕੇ ਤੇ ਪਹੁੰਚ ਚੁੱਕੇ ਸੀਗੇ ਜੀ। ਕੀ ਦੇਖਿਆ ਤੁਸੀਂ ਮੌਕੇ ਤੇ? ਅਸੀਂ 6:30 ਵਜੇ ਮੌਕੇ ਤੇ ਪਹੁੰਚੇ ਜੀ। ਪਹਿਲਾਂ ਤਾਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਅਸੀਂ ਅੰਦਰ ਗਏ। ਅੰਦਰ ਜਾ ਕੇ ਜਦੋਂ ਦੇਖਿਆ ਪ੍ਰਿੰਸੀਪਲ ਦੀ ਕਾਰ ਉਹਨਾਂ ਦੇ ਦਫ਼ਤਰ ਦੇ ਬਾਹਰ ਹੀ ਖੜੀ ਸੀ ਔਰ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ। ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਇੱਥੇ ਕੋਈ ਨਹੀਂ ਹੈ, ਉੱਥੇ ਦਾ ਪ੍ਰਿੰਸੀਪਲ ਦੇ ਜਿਹੜੇ ਪੀਅਨ ਹੈ ਉੱਪਰ ਰਹਿੰਦੇ ਆ, ਅੰਦਰ ਰਹਿੰਦੇ ਆ। ਉਹਨਾਂ ਨੇ ਵੀ ਇਹੀ ਕਿਹਾ ਕਿ ਇੱਥੇ ਕੋਈ ਨਹੀਂ ਹੈ। ਉਹਨਾਂ ਨਾਲ ਸਾਡੀ ਬਹਿਸ ਹੋਈ, ਉਸ ਬਹਿਸ ਤੋਂ ਬਾਅਦ ਪੁਲਿਸ ਥਾਣਾ ਸਾਨੂੰ ਇੱਥੇ ਲੈ ਕੇ ਆ ਗਈ, 2-4 ਬੰਦਿਆਂ ਨੂੰ, ਕਿ ਤੁਸੀਂ ਬੋਲਦੇ ਹੋ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਂਦੇ ਹੋ, ਜਦਕਿ ਅਸੀਂ ਕੋਈ ਨਹੀਂ ਕੀਤਾ। ਔਰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਕਿਹਾ, ਉੱਥੇ ਪੁਲਿਸ ਮੌਕੇ ਤੇ ਸੀਗੀ, ਕਿ ਅੰਦਰ ਪੱਖੇ ਚੱਲ ਰਹੇ ਨੇ, ਇਹਦਾ ਮਤਲਬ ਕਿ ਪ੍ਰਿੰਸੀਪਲ ਅੰਦਰ ਹੀ ਹੈ। ਪਰ ਉਹ ਕਹਿੰਦੇ ਵੀ ਪੱਖਾ ਤਾਂ ਕਿਤੇ ਵੀ ਚੱਲਦਾ ਹੋ ਸਕਦਾ ਵਾ। ਭਾਜੀ CCTV ਕੈਮਰੇ ਲੱਗੇ ਹੋਏ ਨੇ, ਪਰ ਮੈਨੂੰ ਲੱਗਦਾ ਕਿ ਜਦੋਂ ਪ੍ਰਿੰਸੀਪਲ ਨੇ ਆਉਣਾ ਹੋਣਾ ਜਾਂ ਪ੍ਰਿੰਸੀਪਲ ਨੇ ਜਦੋਂ ਬੁਲਾਇਆ ਹੋਣਾ, ਉਹਨੇ ਕੈਮਰੇ ਬੰਦ ਕਰਾਤੇ ਹੋਣੇ। ਪ੍ਰਿੰਸੀਪਲ ਤੋਂ ਉੱਪਰ ਤਾਂ ਕੋਈ ਵੀ ਨਹੀਂ ਹੈ ਜੀ। ਜੀ 1.5-2 ਘੰਟੇ ਬਾਅਦ ਪ੍ਰਿੰਸੀਪਲ ਦੇ ਆਪਣਾ ਪ੍ਰਸ਼ਾਸਨ ਆਇਆ, ਪੁਲਿਸ ਪ੍ਰਸ਼ਾਸਨ ਨੇ ਆ ਕੇ ਕਾਰਵਾਈ ਕੀਤੀ ਔਰ SHO ਸਾਹਿਬ, ਵੱਡੇ ਉੱਚ ਅਧਿਕਾਰੀ ਆਏ, BJP ਦੇ ਜ਼ਿਲ੍ਹਾ ਪ੍ਰਧਾਨ ਆਏ ਔਰ BJP ਦੇ ਕਾਰਿਆਕਰਤਾ ਆਏ। ਉਹਨਾਂ ਦੇ ਦਬਾਅ ਵਿੱਚ ਆ ਕੇ ਇਹਨਾਂ ਨੇ ਕਾਰਵਾਈ ਕੀਤੀ ਅਤੇ ਉਸ ਤੋਂ ਬਾਅਦ ਤੋੜਿਆ ਗਿਆ। BJP ਵੱਲੋਂ ਜ਼ਿਲ੍ਹਾ ਅਧਿਕਾਰੀ ਪ੍ਰਿੰਸ ਜੀ ਔਰ ਆਪਣਾ ਨਿੱਕੂ ਜੀ ਔਰ ਕਾਫੀ ਕਾਰਿਆਕਰਤਾ ਜਿਹੜੇ ਸਪੋਰਟਰ ਹੈ, ਕਿਉਂਕਿ ਇਹ BJP ਕਾਰਿਆਕਰਤਾ ਹੈ ਜਿਹੜੇ ਆਪਣਾ
ਇਹਨਾਂ ਦੇ ਜਿਨ੍ਹਾਂ ਦੀ ਭਰਜਾਈ ਫੜੀ ਗਈ ਹੈ। ਜੀ ਬਿਲਕੁਲ ਬਿਲਕੁਲ ਜੀ, ਮੈਂ ਆਪ ਇੱਕ ਸਰਕਾਰੀ ਮੁਲਾਜ਼ਮ ਹਾਂ, ਮੈਨੂੰ ਲੈ ਕੇ ਇੱਥੇ ਤੱਕ ਆ ਗਈ ਸੀ। ਮੈਨੂੰ ਦਬਾਅ ਵੀ ਬਹੁਤ ਪਾਇਆ ਕਿ ਤੂੰ ਉੱਚਾ ਬੋਲਦਾ, ਜਿੱਦਾਂ ਕਿ ਮੇਰੀ ਆਵਾਜ਼ ਹਜੇ ਵੀ ਉੱਚੀ ਹੈ ਅਤੇ ਮੈਨੂੰ ਇਹਨਾਂ ਨੇ ਘੱਟੋ ਘੱਟ ਅੱਧਾ ਘੰਟਾ ਬਿਠਾਇਆ। ਫਿਰ ਮੌਕੇ ਤੇ ਕਿੱਦਾਂ ਤੁਸੀਂ ਸਭ ਕੁਝ ਦੇਖਿਆ ਹੈਗਾ? ਭਾਅ ਜੀ ਮੌਕੇ ਤੇ ਇੱਦਾਂ ਕਿ ਜਦੋਂ ਇੱਥੇ ਦੇ SHO ਅਡੀਸ਼ਨਲ SHO ਜੀ ਆਏ ਨੇ, ਉਹ ਮੌਕੇ ਤੇ ਆਏ ਨੇ, ਉਹਨਾਂ ਨੇ ਆ ਕੇ ਮੀਡੀਆ ਦੀ ਅਗਵਾਈ ਹੇਠ ਮੀਡੀਆ ਨੂੰ ਸਾਹਮਣੇ ਰੱਖਦੇ ਹੋਏ, ਔਰ ਮੀਡੀਆ ਨੇ ਸਾਡਾ ਬਹੁਤ ਸਪੋਰਟ ਕੀਤਾ ਵਾ, ਮੀਡੀਆ ਨੇ ਉਹਨੂੰ ਕਵਰ ਕਰਦੇ ਹੋਏ ਤਦ ਜਾ ਕੇ ਤਾਲਾ ਤੋੜਿਆ, ਚਿੱਠਣੀ ਤੋੜੀ, ਫਿਰ ਜਾ ਕੇ ਕਾਰਵਾਈ ਹੋਈ। ਸਰ ਅਸੀਂ ਬਲੈਕਮੇਲ ਦਾ ਕੋਈ ਨਹੀਂ ਕਹਿੰਦੇ ਕਿ ਬਲੈਕਮੇਲ ਕਰਦਾ ਸੀ ਕੀ ਨਹੀਂ ਕਰਦਾ ਸੀਗਾ, ਅਸੀਂ ਤਾਂ ਇਹ ਕਹਿੰਦੇ ਕਿ ਇਹਨਾਂ ਦੀ ਦੋਨਾਂ ਦੀ ਆਪਸ ਵਿੱਚ ਸੀ ਅਸੀਂ ਹੁਣ ਜੋ ਉਹਨਾਂ ਦੇ ਘਰ ਦੇ ਡਿਸੀਜ਼ਨ ਹੈ ਨਹੀਂ ਰੱਖਣਾ ਚਾਹੁੰਦੇ। ਨਹੀਂ ਸਰ 32 ਜਨਕ 2.5 ਘੰਟੇ ਬਹੁਤ ਹੁੰਦੇ ਆ ਜੀ, 2.5 ਘੰਟੇ ਜੀ ਤਾਂ ਬੰਦਾ ਦੁਆਰ ਤੋਂ ਨਹਾ ਧੋ ਕੇ ਤਿਆਰ ਹੋ ਜਾਂਦਾ। ਉਹਨਾਂ ਨੇ ਤਾਂ ਆਪਣੇ ਕਰ ਲਿਆ ਸੀ ਜੋ ਕੁਛ ਕਰਨਾ ਹੋਏਗਾ, ਸਾਨੂੰ ਤਾਂ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ ਕਿ ਉਹ ਆਪਣੇ ਰੈਡੀ ਸੀਗੇ, ਬਸ ਉਹਨਾਂ ਨੂੰ ਇਹ ਸੀਗਾ ਕਿ ਹੁਣ ਸਾਨੂੰ ਸਿਕਿਉਰਿਟੀ ਵਿੱਚ ਬਾਹਰ ਲਿਜਾਇਆ ਜਾਵੇ ਤਾਂ ਕਿ ਕੋਈ ਕੁੱਟਮਾਰ ਨਾ ਹੋਵੇ। ਦੇਖੋ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਅਤੇ ਵੀ ਇੱਦਾਂ ਕੋਈ ਸਾਈਂ ਦਾ ਸਕੂਲ ਦੇ ਵਿੱਚ ਕੋਈ ਮੇਲ ਅਤੇ ਇੱਕ ਫੀਮੇਲ ਹੈਗੇ ਆ ਅਤੇ ਅਸੀਂ ਉੱਥੇ ਮੌਕੇ 'ਤੇ ਗਏ ਹਾਂ ਅਤੇ ਉੱਥੇ ਦੇਖਿਆ ਵੀ ਉਹ ਬੈਠੇ ਸੀਗੇ ਅਤੇ ਉਹਨਾਂ ਨੂੰ ਲੈ ਕੇ ਅਸੀਂ ਆਏ ਹਾਂ ਥਾਣੇ ਅਤੇ ਹਲੇ ਹੁਣ ਸਾਨੂੰ ਕੰਪਲੇਂਟ ਦੇ ਰਹੇ ਹੈ ਅਤੇ ਉਹ ਕੰਪਲੇਂਟ ਦੇ ਅਕੋਰਡਿੰਗ ਜੋ ਵੀ ਕਾਰਵਾਈ ਬਣਦੀ ਹੈ ਇਨਵੈਸਟੀਗੇਟ ਕਰਕੇ ਦੇਖ ਲੈਂਦੇ। ਸਰ ਕਿਹਾ ਜਾ ਰਿਹਾ ਕਿ ਸਾਈਂ ਦਾ ਸਕੂਲ ਦੇ ਪ੍ਰਿੰਸੀਪਲ ਸੀਗੇ ਕਿਸੇ ਹੋਰ ਸਕੂਲ ਦੇ ਟੀਚਰ ਦੇ ਨਾਲ ਅਤੇ ਜਿਹੜੇ ਟੀਚਰ ਸੀਗੀ ਉਸ ਦੇ ਘਰਦਿਆਂ ਨੇ ਇਸ ਵੇਲੇ ਇਹ ਜਿੰਨੀ ਤਹਿਕੀਕਾਤ ਸੀਗੀ ਕਰਕੇ ਅਤੇ ਉਹਨਾਂ ਨੂੰ ਰੰਗੇ ਹੱਥੀਂ ਫੜਿਆ। ਦੇਖੋ ਲੇਡੀ ਦੇ ਘਰਦਿਆਂ ਨੇ ਕੰਪਲੇਂਟ ਦਿੱਤੀ ਹੈ, ਉਹ ਅਸੀਂ ਉਹਦੀ ਜਿਹੜੀ ਤਫਤੀਸ਼ ਕਰ ਲਵਾਂਗੇ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰ ਦਾਂਗੇ। ਦੇਖੋ ਇਹਦੇ ਸੰਬੰਧ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਅਤੇ ਜੇਕਰ ਅਸੀਂ ਗੱਲ ਕਰੀਏ, ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਸਿਰਫ ਇਹੀ ਟੀਚਰ ਨਹੀਂ, ਹੋਰ ਵੀ ਟੀਚਰ ਸੀਗੀਆਂ ਜਿਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀਗਾ ਅਤੇ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਵੀ ਸੋਸ਼ਲ ਕੀਤਾ ਜਾਂਦਾ ਸੀ। ਨਹੀਂ, ਇਸ ਸੰਬੰਧ 'ਚ ਸਾਡੇ ਕੋਲ ਕੋਈ ਕਦੇ ਕੰਪਲੇਂਟ ਨਹੀਂ, ਨਾ ਕੋਈ ਨਹੀਂ। ਇਹਦੇ ਸੰਬੰਧ 'ਚ ਸਾਨੂੰ ਨਹੀਂ ਪਤਾ ਜੀ। ਉਹ ਲੈ ਕੇ ਆਉਣਾ ਸੀ, ਹੁਣ ਵੈਰੀਫਾਈ ਕਰਦੇ ਆ, ਸਾਨੂੰ ਕੰਪਲੇਂਟ ਦੇ ਰਹੇ ਆ, ਕੰਪਲੇਂਟ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਦੇਖ ਲੈਂਦੇ। ਉਹ ਨਹੀਂ, ਉੱਥੇ ਮੀਡੀਆ ਵਾਲਾ ਰਸ਼ ਸੀਗਾ ਕਾਫੀ, ਉਹ ਰਸ਼ ਦੇ ਨਾਲ ਥੋੜਾ ਬਹੁਤਾ ਦੂਜੇ ਨੂੰ ਧੱਕਾ ਵੱਜ ਗਿਆ, ਹੋਰ ਕੋਈ ਗੱਲ ਨਹੀਂ। ਅਸਲ ਸ਼ਿਕਾਇਤਕਰਤਾ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਉਹਨਾਂ ਤੇ ਕਾਰਵਾਈ ਨਾ ਕਰਨ ਦਾ ਦਬਾਅ ਪਾ ਰਹੇ ਹੋ। ਅਸੀਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨਾਲ। ਕੋਈ ਕਾਰਵਾਈ ਕੀਤੀ ਜਾਊਗੀ? ਜੋ ਬਣਦੀ ਹੋਏਗੀ ਉਹਨਾਂ ਦੇ ਕੰਪਲੇਂਟ ਦੇ ਅਕੋਰਡਿੰਗ ਕਰਾਂਗੇ ਜੀ। ਸਰ ਆਖਰੀ ਗੱਲ ਇਹ ਹੈ ਵੀ ਜਦੋਂ ਉੱਥੋਂ ਸਾਰੇ ਪਰਿਜਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀਗਾ ਤੇ ਕਾਫੀ ਧੱਕਾ ਮੁੱਕੀ ਵੀ ਹੋਈ, ਹੱਥੋਪਾਈ ਵੀ ਹੋਈ ਹੈ? ਨਹੀਂ, ਹੱਥੋਪਾਈ ਕੋਈ ਨਹੀਂ ਹੋਈ, ਕਿਉਂ ਮੀਡੀਆ ਸੀਗਾ, ਰਸ਼ ਜ਼ਿਆਦਾ ਸੀਗਾ, ਉਹਦੇ ਕਰਕੇ ਇੱਕ ਦੂਜੇ ਨਾਲ ਮਾੜਾ ਮੋਟਾ ਧੱਕਾ ਮੁੱਕੀ ਹੋ ਗਿਆ ਹੋਗਾ। ਥਾਣਾ ਡਿਵੀਜ਼ਨ ਨੰਬਰ 2 ਦੇ SHO ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਹਾਲੇ ਕਾਰਵਾਈ ਹੋਣੀ ਬਾਕੀ ਹੈ, ਕਿਸੇ ਵੀ ਤਰ੍ਹਾਂ ਦਾ ਆਰੋਪ ਜਿਹੜਾ ਹੈ ਹਾਲੇ ਸਾਬਤ ਨਹੀਂ ਹੋਇਆ ਹੈ ਪ੍ਰਿੰਸੀਪਲ ਨਰੇਸ਼ ਸ਼ਰਮਾ ਦੇ ਉੱਤੇ। ਦੂਸਰੇ ਪਾਸੇ ਪਰਿਜਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਪ੍ਰੋਸੈਸ ਹੈ ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ, ਅੱਜ ਲੋਕਡਾਊਨ ਕਾਰਨ, ਜਲਦੀ ਲੋਕਡਾਊਨ ਹੋਣ ਕਾਰਨ, ਨਾਈਟ ਕਰਫਿਊ ਲੱਗਣ ਦੇ ਕਾਰਨ ਜਲੰਧਰ ਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਨਫੋਰਮੇਸ਼ਨ ਮਿਲੀ, ਜਿਸ ਤੋਂ ਬਾਅਦ ਕਿ ਉਹਨਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਪਰ ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਵਿਜ਼ੂਅਲ ਸਾਹਮਣੇ ਨਿਕਲ ਕੇ ਨਹੀਂ ਆਇਆ, ਪਰ ਉਹਨਾਂ ਦੇ ਫੋਨ ਦੇ ਉੱਤੇ ਕਾਫੀ ਐਸੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਕਿ ਇਸ ਚੀਜ਼ ਦਾ ਐਵੀਡੈਂਸ ਦਿੰਦੀਆਂ ਨੇ ਕਿ ਵਾਕਈ ਹੀ ਇਹ ਬਾਕੀ ਟੀਚਰਸ ਨੂੰ ਇਹ ਪ੍ਰਿੰਸੀਪਲ ਬਲੈਕਮੇਲ ਕਰਦਾ ਸੀਗਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੰਪਲੇਂਟ ਨੂੰ ਕਿਸ ਤਰੀਕੇ ਦੇ ਨਾਲ ਲਿੱਤਾ ਜਾਂਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਇਸ ਮੁੱਦੇ ਦੇ ਉੱਤੇ ਕਾਰਵਾਈ ਹੁੰਦੀ ਹੈ। ਕੈਮਰਾਮੈਨ ਪ੍ਰਭਜੋਤ ਦੇ ਨਾਲ ਮਨਰਾਜਦੀਪ ਝੱਠਾ, ਜਲੰਧਰ, ਦੇਖਦੇ ਰਹੋ ਦੈਨਿਕ ਸਵੇਰਾ TV। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 768 0 45 80 85 588 36 17।